ਬਾਪੂ ਜੀ ਤੁਹਾਨੂੰ ਇਸ ਖੇਲ ਮੁਰਗੇ ਰੱਖਦੇ ਕਿੰਨਾ ਕੁ ਸਮਾਂ ਹੋ ਗਿਆ? 72 ਸਾਲ ਹੋ ਗਏ। ਅੱਛਾ, ਅਤੇ 85 ਸਾਲ ਮੇਰੀ ਉਮਰ ਹੈ। 85 ਸਾਲ ਤੁਹਾਡੀ ਉਮਰ ਹੋ ਗਈ, ਤੁਹਾਡਾ ਸ਼ੌਂਕ ਤਾਂ ਫਿਰ ਬਹੁਤ ਪੁਰਾਣਾ ਹੈ। ਪਹਿਲ ਮੈਂ ਇੱਕ ਜਾਵਾ ਮੁਰਗਾ ਲੜਾਇਆ 35 ਰੁਪਈਆਂ, ਫਿਰ ਉਦੋਂ ਮਗਰੋਂ ਲੜਾਇਆ 500। ਅੱਛਾ ਜੀ, ਪਾਣੀ ਵਾਲੀਆਂ ਬਾਜੀਆਂ 47 ਵਾਲੀਆਂ ਲੜਾਈਆਂ। ਹਾਂਜੀ, 28 ਹੁਣ ਸਭ ਤੋਂ ਕਾਮਯਾਬ ਹੁੰਦੇ ਭਾਰਤ ਤੋਂ। ਪਹਿਲ ਜੀ ਇਲਾਹਾਬਾਦ ਵੀ ਲੜਾਇਆ ਮੈਂ। ਅੱਛਾ ਜੀ, ਮੁਸਲਮਾਨ ਲੈ ਕੇ ਮੈਂ ਜੀ ਇਹ ਸ਼ੌਂਕ ਬੰਦ ਕਰਤਾ। ਅੱਛਾ ਜੀ, ਅਤੇ ਘਰੇ ਬਾਜੀਆਂ ਬੂਜੀਆਂ ਦਿਨੇ ਜਾਂਦਾ ਨਾ, ਮੈਂ ਇੱਥੋਂ ਮੈਂ ਗੇਮ ਕਰਾਂ ਇੱਕ ਮੇਰੀ ਹੋਰ ਹੋਣੀ ਚਾਹੀਦੀ। ਇਹ ਤਾਂ ਹੈ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਤੁਹਾਡਾ ਆਪਣੇ ਨਵੀਂ ਵੀਡੀਓ 'ਚ। ਅੱਜ ਕੋਈ ਵਲੋਗ ਨਹੀਂ, ਅੱਜ ਇੱਕ ਆਪਣੀ ਇੰਟਰਵਿਊ ਵੀਡੀਓ। ਬੜੇ ਭਰਾਵਾਂ ਦੀ ਡਿਮਾਂਡ ਸੀਗੀ ਕਿ ਬਾਪੂ ਕੌਰ ਸਿੰਘ ਜੀ ਡੋਕ ਵਾਲੇ ਉਸਤਾਦ ਆ, ਥਰਡ ਲੈਜੈਂਡ ਉਸਤਾਦ ਆ, ਇਹਨਾਂ ਦੀ ਇੱਕ ਇੰਟਰਵਿਊ ਦੀ ਵੀਡੀਓ ਪਾਓ। ਅੱਜ ਤੁਹਾਡੀ ਮੁਲਾਕਾਤ ਕਰਾਉਣੀ ਹੈ ਬਾਪੂ ਜੀ ਨਾਲ, ਬਾਪੂ ਕੌਰ ਸਿੰਘ ਜੀ ਡੋਕ ਵਾਲੇ ਜੋ ਕਿ ਥਰਡ ਲੈਜੈਂਡ ਉਸਤਾਦ ਆ। ਸਤਿ ਸ਼੍ਰੀ ਅਕਾਲ ਜੀ, ਹੋਰ ਬਾਪੂ ਠੀਕ ਠਾਕ ਹੋ? ਹਾਂਜੀ ਠੀਕ ਠਾਕ ਹੈ। ਹਾਂਜੀ ਬਾਪੂ ਜੀ, ਤੁਹਾਨੂੰ ਇਸ ਖੇਲ ਮੁਰਗੇ ਰੱਖਦੇ ਕਿੰਨਾ ਕੁ ਸਮਾਂ ਹੋ ਗਿਆ? ਮੈਨੂੰ 72 ਸਾਲ ਹੋ ਗਏ। ਅੱਛਾ, 72 ਸਾਲ ਹੋ ਗਏ ਸਮਾਂ? ਹਾਂਜੀ ਠੀਕ ਹੈ ਜੀ। ਅਤੇ 85 ਸਾਲ ਮੇਰੀ ਉਮਰ ਹੈ। 85 ਸਾਲ ਤੁਹਾਡੀ ਉਮਰ ਹੋ ਗਈ, ਤੁਹਾਡਾ ਸ਼ੌਂਕ ਤਾਂ ਫਿਰ ਬਹੁਤ ਪੁਰਾਣਾ ਹੈ। ਪੁਰਾਣਾ ਜੀ। ਅਤੇ ਤੁਹਾਡੇ ਕੋਲ ਹੁਣ ਤੱਕ ਕਿਹੜੇ ਕਿਹੜੇ ਚੰਗੇ ਤੋਂ ਚੰਗੇ ਮੁਰਗੇ ਆਏ ਆ? ਪਹਿਲ ਮੈਂ ਇੱਕ ਜਾਵਾ ਮੁਰਗਾ ਲੜਾਇਆ 35 ਰੁਪਈਆਂ 'ਤੇ। ਅੱਛਾ ਜੀ, 35 ਰੁਪਈਆਂ 'ਤੇ? ਹਾਂਜੀ ਠੀਕ ਹੈ ਜੀ। ਫਿਰ ਉਦੋਂ ਮਗਰੋਂ ਲੜਾਇਆ 500 'ਤੇ। ਅੱਛਾ ਜੀ, ਅਤੇ ਉਦੋਂ ਮਗਰੋਂ ਲੜਾਇਆ ਮੁਰਗਾ 1000 'ਤੇ। ਅੱਛਾ ਜੀ, ਪਾਣੀ ਵਾਲੀਆਂ ਬਾਜੀਆਂ 47 ਵਾਲੀਆਂ ਲੜਾਈਆਂ, ਸੁੱਕੇ ਵੀ ਲੜਾ ਲੈਂਦੇ ਅਤੇ ਪਾਣੀ ਵਾਲੇ ਵੀ ਲੜਾ ਲੈਂਦੇ। ਠੀਕ ਹੈ, ਸਾਰੀਆਂ ਗੇਮਾਂ ਹੀ ਕਰ ਲੈਂਦੇ ਹਾਂ, 10 ਮਿੰਟ ਵਾਲੀ ਵੀ, 15 ਵਾਲੀ ਵੀ, ਪਾਣੀ ਵਾਲੀ ਵੀ, ਸੁੱਕਿਆਂ ਵਾਲੀ ਵੀ। ਬਾਕੀ ਇਹ ਗੱਲ ਤਾਂ ਹੈ ਬਾਪੂ, ਜਿਹੜੀ ਤੁਹਾਡੀ ਖੇਡ ਹੈ ਨਾ ਬਾਪੂ ਜੀ ਦੀ, ਥਾਰ ਦੀ ਜਿਹੜੀ ਖੇਡ ਬਾਪੂ ਕਰਦੇ ਆ, ਉਹਦਾ ਕੋਈ ਤੋੜ ਹੈ ਨਹੀਂ ਹਿਸਾਬ ਨਾਲ। ਮੈਂ ਜਿਹੜੀ ਗੋਲੀ ਪਾਣੀ ਕਰਦਾ, ਕਈ ਤੱਤਾਂ ਮੈਂ ਘਰੇ ਮਾਰਦਾ, ਜਿਹੜੀ ਗੋਲੀ ਨਸ਼ੇ ਵਾਲੀ ਹੈ ਉਹ ਮੈਂ 3 ਪਾਤੀ ਬਣਾਉਂਦਾ, 3 ਰੁੱਤਾਂ, 3 ਪਾਤਾਂ ਨਹੀਂ ਪੈ, ਆਪਦੀ ਘਰੇ ਬਣਾਉਂਦਾ, ਆਪਦੀ ਘਰਾਂ ਮਾਤ ਨਾਲ 14-14 ਚੀਜ਼ਾਂ ਪਾ ਕੇ ਧਰਤੀ ਦੀ ਪੁੱਠ ਲਾ ਕੇ। ਅੱਛਾ ਜੀ ਠੀਕ ਹੈ ਜੀ। ਬਾਪੂ ਜੀ, ਤੁਹਾਡੇ ਹਿਸਾਬ ਨਾਲ ਸਭ ਤੋਂ ਚੰਗੀ ਨਸਲ ਕਿਹੜੀ ਹੈ, ਬੰਦੇ ਨੂੰ ਘਰੇ ਰੱਖਣੀ ਕਿਹੜੀ ਚਾਹੀਦੀ ਹੈ? ਨਸਲ ਚੰਗੀ ਜੀ, ਜਿਹੜੇ ਹੁਣ ਤਾਂ ਇਸ ਵੇਲੇ ਜਿਹੜੇ ਹੈਗੇ ਨਾ ਆਪਣੇ, ਜੇ ਆਪਾਂ ਗੱਲ ਕਰੀਏ ਥਾਈ। ਹਾਂਜੀ, ਥਾਈ ਹੁਣ ਸਭ ਤੋਂ ਕਾਮਯਾਬ ਹੁੰਦੇ ਭਾਰਤ ਨਾਲ, ਵਲਾਇਤੀ ਕੁੱਕੜ ਜਿਹੜੇ ਹੁਣ। ਹਾਂ, ਥਾਈ ਵੱਜਦੇ ਹੋ? ਅੱਛਾ, ਥਾਈ ਸਭ ਤੋਂ ਜ਼ਿਆਦਾ ਆ। ਹਾਂ, ਥਾਈ ਦੀ ਗੇਮ ਆ ਨਾ ਜਿਹੜੀ, ਇਹ ਦੂਜੀ ਗੇਮ ਨੂੰ ਨਹੀਂ ਚੱਲਣ ਦਿੰਦੇ। ਜੇ ਬਾਪੂ ਜੀ ਆਪਣਾ ਥਾਰ ਦੇ ਕੁੱਕੜ ਦੇ ਮੁਕਾਬਲੇ ਇੱਧਰਲੇ ਨਾਲ ਦੇਖੀਏ, ਥਾਈ ਫਿਰ ਵੀ ਉੱਤੇ ਇਹਨਾਂ ਤੋਂ? ਇਹਨਾਂ ਤੋਂ ਉੱਤੇ, ਇਹਨਾਂ ਤੋਂ ਉੱਤੇ। ਥਾਈ ਕੁੱਕੜ ਨਹੀਂ ਖਰੀਦ ਸਕਦਾ, ਫਿਰ ਉਹਨੂੰ ਕੋਈ ਥਾਰ ਦੀ ਕੋਈ ਨਸਲ ਇੱਧਰਲੀ, ਉਹ ਕਿਉਂ ਜੀ ਰੱਖ ਸਕਦਾ? ਅਸੀਂ ਨਾ 47 ਵਾਲੇ ਮੁਰਗੇ। ਹਾਂਜੀ, ਉਹ ਨਾਲੇ ਚੇਤੂ ਕਿਆਲੇ। ਅੱਛਾ ਜੀ, ਹੈਂ, ਅਲੀ ਮੰਨੇ ਵਾਲੇ। ਅੱਛਾ ਜੀ, ਉਹ ਮੁਰਗੇ ਸੀ ਨਾ ਜਿਹੜੇ, ਅਤੇ ਕੋਟ ਵਾਲੇ ਸਮੀਲ ਕੇ, ਹੈਂ, ਉਹ ਮੁਰਗੇ ਸੀਲ ਪੂਰੇ ਸੀਗੇ, ਮਾਰ ਚੱਲਦੇ ਵੀ ਸੀ ਅਤੇ ਮਾਰ ਮਾਰਦੇ ਵੀ ਸੀਗੇ। ਠੀਕ ਹੈ ਜੀ। ਜਿਹੜੇ ਥਾਈ ਹੈ, ਥਾਈ ਤੇਜ਼ ਆ, ਉਹਨਾਂ ਨੂੰ ਗੇਮ ਚੱਲਣ ਨਹੀਂ ਦਿੰਦੇ, ਸਪੀਡ ਵਾਲੀ ਆ, ਮਤਲਬ ਸਪੀਡ ਵਾਲੀ ਇਹਨਾਂ ਦੀ। ਅਤੇ ਬਾਪੂ ਜੀ, ਹੁਣ ਤੱਕ ਮੁਰਗਿਆਂ ਦਾ ਸ਼ੌਂਕ ਤੁਸੀਂ ਕਿਹੜੇ ਕਿਹੜੇ ਇਲਾਕੇ 'ਚ ਘੁੰਮੇ, ਕਿਹੜਾ ਕਿਹੜਾ ਵਿਜਿਟ ਕੀਤਾ? ਪਹਿਲ ਜੀ ਇਲਾਹਾਬਾਦ ਵੀ ਲੜਾਇਆ ਮੈਂ। ਅੱਛਾ ਜੀ, ਮੁਸਲਮਾਨ ਲੈ ਕੇ ਗਏ ਸਾਨੂੰ ਖਰਚਾ ਭਰ ਕੇ। ਅੱਛਾ ਜੀ, ਆਉਣ ਜਾਣ ਦਾ ਉਹਨੇ ਕਿਰਾਇਆ ਦਿੱਤਾ ਸਾਨੂੰ, ਨਾਲੇ ਲੀੜੇ ਲੱਤੇ ਦਿੱਤੇ। ਅੱਛਾ ਜੀ, ਫਿਰ ਉਦੋਂ ਬਾਅਦ ਸਰਸਾ, ਰਾਣੀਆਂ, ਗੰਗਾਨਗਰ ਦਾ ਇਲਾਕਾ, ਹਨੂੰਮਾਨਗੜ੍ਹ ਦਾ ਇਲਾਕਾ। ਅੱਛਾ ਜੀ, ਅਤੇ ਆਪਣਾ ਫਰੀਦਕੋਟ ਦਾ ਹਲਕਾ, ਮੁਕਤਸਰ ਦਾ ਹਲਕਾ, ਮੋਗੇ ਦਾ ਹਲਕਾ, ਹੈਂ, ਅਤੇ ਜੰਮੂ ਕਸ਼ਮੀਰ ਦਾ ਹਲਕਾ। ਅੱਛਾ ਜੀ, ਅੰਮ੍ਰਿਤਸਰ ਦਾ ਹਲਕਾ, ਬਾਕੀ ਰਾਜਸਥਾਨ ਤਾਂ ਤੁਹਾਡਾ ਆਮ ਹੀ ਹੋਣਾ ਚਾਹੀਦਾ। ਹਾਂ, ਰਾਜਸਥਾਨ ਤਾਂ ਜੀ ਮੈਂ ਕਈਆਂ ਸਟੇਟਾਂ 'ਚ ਲੜਾ ਕੇ ਆਇਆ। ਠੀਕ ਹੈ ਜੀ, ਅਤੇ
ਉੱਥੇ ਕਪੂਰਥਲੇ ਵੀ ਗਿਆ ਮੈਂ, ਆਪਣੇ ਚੰਦਰ ਹੋਣਾ ਕੋਲ ਕਿਸੇ ਹੋਰ ਕੋਲ ਵੀ ਗਏ? ਚੰਦਰ ਹੋਣੀ ਤਾਂ ਮੇਰੇ ਚੇਲੇ ਉਦੋਂ ਪਹਿਲਾਂ ਗਏ ਸੀ ਅਸੀਂ, ਉਦੋਂ ਇਹ ਮੁੰਡੇ ਨਵੇਂ ਨਹੀਂ ਉੱਠੇ ਸੀ। ਅੱਛਾ ਜੀ, ਇਦੋਂ ਪਹਿਲਾਂ ਦੀ ਗੱਲ ਹੈ। ਹਾਂ, ਅਤੇ ਪਥਾਹਪੁਰ ਉਹਦੇ ਉਤਲੇ ਪਾਸੇ ਅੰਮ੍ਰਿਤਸਰ ਦੇ ਉੱਥੇ ਵੀ ਲੜਾ ਕੇ ਆਇਆ। ਬਾਪੂ ਜੀ, ਤੁਹਾਡੇ ਹੁਣ ਤੱਕ ਦੇ ਸ਼ਾਗਿਰਦ ਕਿੰਨੇ ਕੁ ਬੰਦੇ ਪੈ ਚੁੱਕੇ ਆ? ਸ਼ਾਗਿਰਦ ਹੋਣਗੇ 50-52। 50-52 ਹੋਣਗੇ? ਠੀਕ ਹੈ ਜੀ। ਅਤੇ ਹਾਂਜੀ ਬਾਪੂ ਜੀ, ਫਿਰ ਹੁਣ ਤੁਹਾਡੇ ਕੋਲ ਘਰੇ ਤਾਂ ਜਾਨਵਰ ਫਿਰਦੇ ਆ? ਹਾਂਜੀ, ਹੁਣ ਮੈਂ ਜੀ ਇਹ ਸ਼ੌਂਕ ਬੰਦ ਕਰਤਾ। ਅੱਛਾ ਜੀ। ਅਤੇ ਘਰੇਓ ਬਾਜੀਆਂ ਬੂਜੀਆਂ 'ਤੇ ਨਹੀਂ ਜਾਂਦਾ, ਨਾ ਮੈਥੋਂ ਮੈਂ ਗੇਮ ਕਰਾਂ, ਇੱਕ ਮੇਰੀ ਉਮਰ ਹੋ ਗਈ ਜ਼ਿਆਦੇ। ਇਹ ਤਾਂ ਹੈ। ਅਤੇ ਕੁੱਕੜ ਘਰੇ ਰੱਖੇ, ਉਹਨਾਂ ਨੂੰ ਦਾਣਾ ਪਾਣੀ ਪਾ ਛੱਡਦਾ, ਹੁਣ ਲੜਾਉਣੇ ਮੈਂ ਬੰਦ ਕਰਤੇ। ਅੱਛਾ ਜੀ, ਹੁਣ ਜੇ ਤੁਰੇ ਫਿਰਦੇ ਚਲੋ ਘਰੇ ਸੋਹਣੇ ਲੱਗਦੇ। ਹਾਂ ਵੀ, ਘਰੇ ਫਿਰਦੇ ਸੋਹਣੇ ਲੱਗਦੇ ਤੁਰੇ ਫਿਰਦੇ। ਠੀਕ ਹੈ ਜੀ। ਬਾਕੀ ਜਾਨਵਰ ਬਾਪੂ ਜੀ ਹੋਣੀ ਹੁਣ ਵੀ ਪੂਰੇ ਇੱਕ ਨੰਬਰ ਦੇ ਰੱਖਦੇ ਪੂਰੇ ਚੋਟੀ ਦੇ? ਹਾਂ। ਇਸ ਟਾਈਮ ਬਾਪੂ ਜੀ ਕੋਲ ਇੱਕ ਤਾਂ ਥਾੜ ਦਾ ਜਾਨਵਰ ਬੜਾ ਚੰਗਾ ਜਾਵਾ ਕੁੱਕੜ, ਅਤੇ ਇੱਕ ਵਲੈਤੀ ਜਿਹੜਾ ਬਾਪੂ ਜੀ ਨੇ ਪਹਿਲਾਂ ਦੱਸਿਆ ਥਾਈਲੈਂਡ ਵਾਲਾ ਇੱਕ ਪੱਠਾ, ਉਹ ਵੀ ਫਿਰਦਾ। ਉਹ ਤੁਹਾਨੂੰ ਖੀਰ 'ਤੇ ਵੀਡੀਓ 'ਚ ਉਹਦਾ ਵੀ ਸ਼ੌਕ ਕਰਾਵਾਂਗੇ, ਜਿਹੜੇ ਬਾਪੂ ਨੇ ਘਰੇ ਇਸ ਟਾਈਮ ਦੋ ਜਾਨਵਰ ਹੈਗੇ ਆ। ਅਤੇ ਬਾਕੀ ਬਾਪੂ ਜੀ ਹੁਣ ਦੇ ਅਤੇ ਪਹਿਲਾਂ ਵਾਲੇ ਸ਼ੌਂਕ 'ਚ ਕੋਈ ਫਰਕ ਹੈਗਾ ਲੋਕਾਂ ਦੇ? ਪਹਿਲਾਂ ਲੋਕ ਕਿਵੇਂ ਸੀ ਅਤੇ ਹੁਣ ਕਿਵੇਂ ਆ? ਉਦੋਂ ਹੁਣ ਜੀ ਵਿੱਚ ਲੋਕ ਰੌਲਾ ਪਾਉਣ ਲੱਗ ਪਏ, ਉਹਨਾਂ ਵੇਲਿਆਂ 'ਚ ਰੌਲਾ ਨਹੀਂ ਕੋਈ ਪਾਉਂਦਾ, ਹਰ ਗਿਆ ਤਾਂ ਚੁੱਪ ਕਰਕੇ ਘਰ ਨੂੰ ਉੱਠ ਗਿਆ, ਜੇ ਜਿੱਤ ਗਿਆ ਤਾਂ ਵੀ ਚੁੱਪ ਕਰਕੇ ਘਰ ਨੂੰ ਆ ਗਿਆ। ਹੁਣ ਲੋਕ ਧਾਂਦਲਾਂ ਪਾਉਂਦੇ ਆ, ਰੌਲਾ ਪਾਉਂਦੇ, ਤਾਂ ਹੀ ਪਛਾਣ ਹਟ ਗਏ ਵੀ ਹੁਣ ਇਹ ਕੰਮ ਰਾਂਦੀਆਂ ਦਾ ਰਹਿ ਗਿਆ। ਸਹੀ ਗੱਲ ਹੈ, ਕਿਉਂਕਿ ਸੁਣ 'ਚ ਆਉਂਦਾ ਕਿ ਜਿਹੜਾ ਹਰ ਜਾਂਦਾ ਉਹ ਉਹਦਾ ਇਰਾਦਾ ਲੜਨ ਦਾ ਤਰੀਕੇ ਬਣ ਜਾਂਦੇ ਉਹਦੇ। ਹਾਂਜੀ ਹਾਂਜੀ ਬਿਲਕੁਲ। ਕੁੱਕੜ ਨਾਲ ਵੱਧ ਬੰਦਾ ਸੀਲ ਹੋਣਾ ਚਾਹੀਦਾ, ਬੰਦੇ 'ਚ ਵੀ ਬਰਦਾਸ਼ਤ ਹੋਣੀ ਚਾਹੀਦੀ, ਜੇ ਜਿੱਤਾਂ ਤਾਂ ਆਪਾਂ ਹਾਰ ਵੀ ਬਰਦਾਸ਼ਤ ਕਰੀਏ। ਹਾਂਜੀ, ਇਸੇ ਕਰਕੇ ਹੁਣ ਖੇਡ ਨਾ ਖਰਾਬ ਹੁੰਦੀ ਹੈ, ਖੇਡ ਖਰਾਬ ਹੁੰਦੀ ਹੈ। ਮੈਂ ਹੁਣ ਇਹ ਸ਼ੌਂਕ ਬੰਦ ਕਰਤਾ। ਹਾਂ, ਤਕਰੀਬਨ ਮੈਨੂੰ ਬਾਪੂ ਜੀ ਕੋਲ ਆਉਂਦੇ 4-5 ਸਾਲ ਹੋ ਗਏ ਆ, ਪਰ ਹੁਣ ਬਾਪੂ ਜੀ ਨੇ ਖੇਡ ਜਮਾਂ ਛੱਡੀ ਹੋਈ ਆ, ਰੱਖੇ ਜਾਨਵਰ ਤੁਰੇ ਫਿਰਦੇ ਘਰੇ ਸੋਹਣੇ ਲੱਗਦੇ ਆ, ਸ਼ੌਂਕ ਕਰਦੇ ਜਾਨਵਰਾਂ ਦਾ ਬਸ। ਬਾਪੂ ਜੀ, ਮੈਂ ਲੋਕ ਸ਼ੌਂਕੀ ਬੰਦੇ ਉਂਝ ਹੀ ਰੱਖਦੇ ਸ਼ੌਂਕ ਨੂੰ ਕਰੇ, ਵੀ ਕੁੱਕੜਾਂ ਨੂੰ ਖੁਰਾਕ ਸੀਲ ਮੁਰਗੇ ਨੂੰ ਕੀ ਪਾਉਣੀ ਚਾਹੀਦੀ ਹੈ? ਅਸੀਂ ਜੀ ਤੜਕੇ ਇਹਨਾਂ ਨੂੰ ਪਾਉਂਦੇ ਹਾਂ ਬਦਾਮ। ਅੱਛਾ ਜੀ, 20-25 ਬਦਾਮ ਪਾਉਂਦੇ ਆ। ਨਿਰਣੇ ਕਾਲ ਜੀ? ਨਿਰਣੇ ਕਾਲ, ਠੀਕ ਹੈ ਜੀ। ਆਥਣੇ ਜਿੱਦਾਂ ਦੋਸਤ ਹੋ ਗਿਆ, ਦਿਲ ਛੋਟਾ ਜਿਹਾ ਰਹਿ ਗਿਆ, ਉਦੋਂ ਇਹ ਚੂਰੀ ਕੁੱਟ ਕੇ ਪਾਉਂਦੇ। ਚੂਰੀ ਕੁੱਟ ਕੇ ਪਾਉਂਦੇ ਵਿੱਚ ਦੁੱਧ ਪਾ ਕੇ, ਅੱਧੀ ਰੋਟੀ ਪਾ ਕੇ, ਇੱਕ ਚਮਚਾ ਘਿਓਦਾ ਪਾ ਕੇ। ਅੱਛਾ ਜੀ। ਅਤੇ ਉਹਨੂੰ ਮਲੀ ਜਾਂਦੇ ਕਟੋਲੀਆਂ ਦੇ ਮੂਹਰੇ ਕਰ ਦਿੰਦੇ, ਦੇਸੀ ਘਿਓ ਪਾ ਕੇ। ਦੇਸੀ ਘਿਓ ਪਾ ਕੇ, ਤੁਸੀਂ ਮੈਨੂੰ ਦੱਸੀ ਸੀ, ਮੈਂ ਪਾਉਂਦਾ ਸੀ ਕੁੱਕੜ ਨੂੰ। ਅਤੇ ਦਿਨੇ ਨਗ ਲੈਂਦੇ ਹੁੰਦੇ ਆ, ਬਾਜਰਾ ਪਾਉਂਦੇ ਆ, ਧੋ ਸਵਾਰ ਕੇ ਰੱਖਿਆ। ਬਾਜਰਾ ਧੋ ਕੇ ਪਾਉਣਾ ਚਾਹੀਦਾ? ਹਾਂ, ਦਵਾਈ ਦਵੂਈ ਲੱਗੀ ਹੁੰਦੀ ਉਹ। ਠੀਕ ਹੈ, ਜਿਵੇਂ ਬਾਪੂ ਲੋਕ ਕਈ ਵਿੱਚ ਛੋਲੇ ਪਾ ਦਿੰਦੇ, ਛੋਲੇ ਪਾਉਣੇ ਚਾਹੀਦੇ? ਛੋਲੇ ਵਾਹੀਖੁਰੀ ਚੀਜ਼ ਹੈ, ਵਾਹੀਖੁਰੀ ਚੀਜ਼ ਹੈ। ਅਤੇ ਬਾਕੀ ਮੰਨ ਲਓ ਕਈ ਵਾਰ ਜਿਵੇਂ ਮੌਸਮ ਬਦਲਦਾ, ਕੁੱਕੜ ਨੂੰ ਬੁਖਾਰ ਹੋ ਗਿਆ, ਠੰਡ ਲੱਗ ਗਈ, ਅਤੇ ਉਹਨੂੰ ਕਿਹੜੀ ਕੋਈ ਦਵਾਈ ਦੇਣੀ ਚਾਹੀਦੀ ਹੈ? ਅਸੀਂ ਜੀ ਜੇ ਕੁੱਕੜ ਨੂੰ ਬੁਖਾਰ ਆ ਤਾਂ ਟੈਰਾਮਾਈਸੀਨ ਦੀ ਗੋਲੀ ਦਿੰਦੇ ਹਾਂ, ਜੇ ਰਾਣੀ ਛੇਤ ਆ ਗਈ ਤਾਂ ਟੈਟਰਾਮਾਈਸੀਨ ਪਾਊਡਰ ਦਿੰਦੇ ਹਾਂ, ਜਾਂ ਟੀਕਾ ਲਾਉਂਦੇ ਹਾਂ ਟੈਕਸਮ ਅਤੇ ਸੋਨਾ ਰਲਾ ਕੇ। ਟੈਕਸਮ ਅਤੇ ਸੋਨਾ ਰਲਾ ਕੇ, ਠੀਕ ਹੈ ਜੀ। ਕਿਉਂਕਿ ਹੁਣ ਮੰਨ ਲਓ ਜਿਹੜੇ ਬਾਪੂ ਜੀ ਬੰਦੇ ਮੈਂ ਤੁਹਾਡੇ ਨਾਲ ਜੁੜਿਆ, ਪੁਰਾਣੇ ਬਜ਼ੁਰਗ ਉਸਤਾਦ ਬੰਦੇ ਤੁਸੀਂ, ਮੈਂ ਤੁਹਾਡੇ ਤੋਂ ਨੌਲੇਜ ਲੈ ਲਈ, ਜਿਵੇਂ ਕਿ ਅਣਜਾਣ ਬੰਦਾ ਸ਼ੌਂਕ ਕਰਦਾ ਉਹਨੂੰ ਇਹਨਾਂ ਚੀਜ਼ਾਂ ਦੀ ਨੌਲੇਜ ਨਹੀਂ ਹੁੰਦੀ। ਹਾਂਜੀ। ਅੱਛਾ ਜੀ, ਧਾਤਾਂ ਮੈਂ ਘਰੇ ਮਾਰ ਲੈਂਦਾ। ਅੱਛਾ ਜੀ, ਉਹ ਸਾਰਾ ਤੁਸੀਂ ਆਪ ਬਣਾਉਣੇ? ਹਾਂਜੀ, ਅਤੇ ਆਹ ਹੈਗੀ ਬਾਪੂ ਜੀ ਦੀ ਪਟਾਰੀ, ਅਤੇ ਤੁਹਾਨੂੰ ਪਟਾਰੀ ਬਾਰੇ ਬਾਪੂ ਜੀ ਦੱਸਣਗੇ ਇਹ ਕੀ ਚੀਜ਼ਾਂ ਹੁੰਦੀਆਂ, ਇਹਦੇ 'ਚ ਕੀ ਕੁਛ ਹੁੰਦਾ ਆ, ਕਿਉਂਕਿ ਇਹਦੇ ਬਾਰੇ ਆਪਾਂ ਨੂੰ ਨੌਲੇਜ ਨਹੀਂ, ਇਹ ਬਾਪੂ ਜੀ ਤੁਹਾਨੂੰ ਦੱਸਣਗੇ। ਬਾਪੂ ਜੀ, ਇਹ 'ਚ ਕੀ ਚੀਜ਼ਾਂ ਪਾਈਆਂ ਜਾਂਦੀਆਂ? ਇਹਦੇ ਜੀ ਬਹੁਤ ਸਮਾਨ ਹੈ। ਅੱਛਾ ਜੀ, ਇਹ 'ਚ ਗਿਣਤੀ ਕੋਈ ਨਹੀਂ ਕਿੰਨਾ ਕੁ ਸਮਾਨ। ਅੱਛਾ ਜੀ, ਅਤੇ ਸਮਾਨ ਮੇਰੇ ਸੁਣਨ 'ਚ ਬਾਪੂ ਜੀ ਕਈ ਥਾਂ ਇਹ ਵੀ ਆਉਂਦਾ ਕਿ ਮਹਿੰਗਾ ਬਹੁਤ ਹੁੰਦਾ? ਮਹਿੰਗਾ ਬਹੁਤ, ਇਹ ਜਿਵੇਂ ਆਮ ਹੀ ਚੀਜ਼ਾਂ ਹੁੰਦੀਆਂ ਵਿੱਚ, ਇਹਦੇ 'ਚ ਪਸਮਾਂ ਪੁਸਮਾਂ ਹੁੰਦੀਆਂ ਨਾ। ਹਾਂਜੀ, ਅਤੇ ਪਰ ਮੰਨ ਕੇ ਚੱਲੋ ਇਹ ਸੀਕਰੇਟ ਵੀ ਹੁੰਦਾ, ਇਹ ਅਸੀਂ ਤੁਹਾਨੂੰ ਦੱਸ ਵੀ ਨਹੀਂ ਸਕਦੇ ਗੇ, ਜਿਹੜੀ ਚੀਜ਼ ਤੁਹਾਨੂੰ ਸ਼ੇਅਰ ਕਰਨੀ ਸੀ ਕਰ ਸਕਦੇ ਸੀਗੇ, ਇਹ ਤੁਹਾਨੂੰ ਦਿਖਾ ਤੀ ਇੱਕ ਵਾਰ ਪਟਾਰੀ, ਪਰ ਬਾਪੂ ਜੀ ਕੋਲ ਪਟਾਰੀ।
ਹਾਂਜੀ ਜਨਾਬ, ਅਤੇ ਆਹ ਹੈਗਾ ਬਾਪੂ ਜੀ ਦੇ ਘਰ ਦਾ ਮੁਰਗਾ ਜਾਵਾ। ਇਹ ਬਾਪੂ ਜੀ ਨੇ ਪੂਰੇ ਚਾਰੀ ਨਾਲ ਸਾਂਭਿਆ ਹੋਇਆ, ਪਾਲਿਆ ਸਾਂਭਿਆ। ਕਿੰਨਾ ਸਾਲ ਬਾਪੂ ਜੀ ਜਾਵਾ ਕੁੱਕੜਾ? ਇਹ ਜਾਵਾ, ਠੀਕ ਹੈ ਜੀ। ਕਰਦਾ ਕਿ ਆਪਣੇ ਪਾਸੇ ਹੋਇਆ? ਨਹੀਂ, ਕਰਦਾ ਹੀ ਹੈ, ਕਰਦਾ ਹੀ ਹੈ ਜੀ। ਬੜਾ ਸੋਹਣਾ ਮੁਰਗਾ, ਦਰਮਿਆਨੇ ਜੇ ਕੱਦ ਦਾ ਆ, ਕੱਦ ਠੀਕ ਠਾਕ ਆ, ਅਤੇ ਬਾਕੀ ਬੜਾ ਸੋਹਣਾ, ਚਿਹਰੇ ਦੀ ਬਣਾਵਟ ਬੜੀ ਸੋਹਣੀ ਹੈ। ਬਾਕੀ ਤੁਹਾਨੂੰ ਇੱਕ ਵਾਰ ਨੇੜੇ ਤੋਂ ਸ਼ੌਂਕ ਕਰਾਉਣੇ ਮੁਰਗੇ ਦਾ, ਲਿਆ ਕੇ ਉਹਨੇ ਨੇੜੇ ਕਰਕੇ ਦਿਖਾ ਦਿਓ। ਕੁੱਕੜ ਦਾ ਚਿਹਰਾ ਚੂਰਾ ਤੁਸੀਂ ਦੇਖੋ ਇੱਕਦਮ, ਮੈਂ ਕਹਿੰਦਾ ਪੂਰੇ ਪੁਰਾਣੀ ਨਸਲ 'ਚੋਂ ਆ। ਇਹਦੀ ਬਰਾਸ਼ ਪੱਕੀ ਪਈ ਹੈ, ਬਰਾਸ਼ ਪੱਕੀ ਵਧੀਆ। ਇਹ ਹੈਗਾ ਜੀ ਬਾਪੂ ਜੀ ਦਾ ਘਰ ਦਾ ਮੁਰਗਾ ਜਾਵਾ। ਲੜਾਉਂਦੇ ਲੜਾਉਂਦੇ ਹੁਣ ਜਮ੍ਹਾਂ ਨਹੀਂ, ਬਸ ਉਂਝ ਸ਼ੌਂਕ ਨੂੰ ਰੱਖਿਆ, ਤੁਰਿਆ ਫਿਰਦਾ ਵਧੀਆ ਸੋਹਣਾ ਲੱਗਦਾ, ਉਂਝ ਵੀ ਸੁਨੱਖਾ ਬਹੁਤ ਆ, ਜਮ੍ਹਾਂ ਮੋਰ ਵਰਗਾ ਹੀ ਆ। ਬਾਕੀ ਕੁੱਕੜ ਦਾ ਚਿਹਰਾ ਨਿਕਲ ਸੋਹਣਾ ਰੱਖਦਾ, ਸ਼ੌਂਕ ਨਾਲ ਰੱਖਿਆ ਕਿ ਤੇਰੇ ਘਰੇ ਤੁਰਿਆ ਫਿਰਦਾ ਸੋਹਣਾ ਲੱਗਦਾ। ਬਾਕੀ ਜਿਹੜੇ ਬੰਦੇ ਨੂੰ ਸ਼ੌਂਕ ਆ ਨਾ, ਉਹ ਸ਼ੌਂਕ ਛੱਡਦਾ ਨਹੀਂ, ਜਾਨਵਰ ਰੱਖਣਗੇ ਜ਼ਰੂਰ ਲੜਾਉਣ, ਭਾਵੇਂ ਨਾ ਜੁਨੀ ਆਪਾਂ ਲੜਾਵਾਂਗੇ, ਸ਼ੌਂਕ ਆਪਾਂ ਨੂੰ ਫੇਰ ਹੀ ਆ। ਆਪਾਂ ਉਂਝ ਵੀ ਘਰੇ ਰੱਖ ਸਕਦੇ ਵੀ ਜਾਨਵਰ ਤੁਰਿਆ ਫਿਰਦਾ ਸੋਹਣਾ ਲੱਗਦਾ। ਇੱਕ ਤੁਹਾਨੂੰ ਬੁਲਾਇਤੀ ਪੱਠਾ ਵੀ ਦਿਖਾਉਣਾ ਮੈਂ ਇਹਦੇ ਨਾਲ ਹੀ, ਬਾਪੂ ਜੀ ਨੇ ਰੱਖਿਆ ਆ ਜਿਹੜਾ ਥਾਈਲੈਂਡ ਵਾਲਾ, ਬਾਪੂ ਨੂੰ ਗਿਫਟ ਮਿਲਿਆ ਹੋਇਆ। ਇਹ ਹੈਗਾ ਜੀ ਬਾਪੂ ਜੀ ਦਾ ਇੱਕ ਆਪਣਾ ਵਲਾਇਤੀ ਪੱਠਾ ਥਾਈਲੈਂਡ ਵਾਲਾ, ਜਿਹੜੇ ਕਿ ਅੱਜ ਕੱਲ੍ਹ ਬੜੇ ਮਸ਼ਹੂਰ ਆ। ਬਾਪੂ ਨੇ ਤੁਹਾਨੂੰ ਪਹਿਲੇ ਵੀਡੀਓ ਦੱਸਿਆ ਵੀ ਗਿਆ ਕਿ ਹੁਣ ਦੇ ਟਾਈਮ 'ਚ ਜਿਹੜੇ ਵਲਾਇਤੀ ਕੁੱਕੜ ਹੈ ਨਾ ਥਾਈਲੈਂਡ ਵਾਲੇ, ਜ਼ਿਆਦਾਤਰ ਇਹਨਾਂ ਦੀ ਮੰਗ, ਇਹਨਾਂ ਦੀ ਡਿਮਾਂਡ ਆ, ਅਤੇ ਇਹ ਵਲਾਇਤੀ ਆ ਥਾਈਲੈਂਡ ਵਾਲਾ। ਬਾਕੀ ਤੁਹਾਨੂੰ ਚੰਗੀ ਤਰ੍ਹਾਂ ਇੱਕ ਵਾਰ ਇਹਨੂੰ ਚੱਕ ਕੇ ਇਹਨਾਂ ਦਾ ਸ਼ੌਂਕ ਕਰਾਵਾਂਗੇ, ਅਤੇ ਇੱਕ ਵਾਰ ਤੁਸੀਂ ਨੇੜੇ ਤੋਂ ਦੇਖੋ ਚਿਹਰਾ ਚੂੜਾ ਕੁੱਕੜ ਦਾ, ਇਹਦਾ ਰੰਗ ਹੀ ਵੱਖਰਾ ਧੋਣ ਦਾ, ਨਹੀਂ ਥਾਲ ਦੇ ਕੁੱਕੜਾਂ ਨਹੀਂ ਧੋਣ ਦਾ ਰੰਗ ਹੋਰ ਆ। ਅਤੇ ਬਾਕੀ ਆਹ ਤੁਸੀਂ ਦੇਖ ਸਕਦੇ ਹੋ ਨੇੜੇ ਤੋਂ, ਜਾਨਵਰ ਸੁਨੱਖਾ ਵੀ ਬਹੁਤ ਆ। ਹਾਂਜੀ ਜਨਾਬ, ਆ ਸੀਗੇ ਬਾਪੂ ਜੀ ਦੇ ਘਰ ਦਾ ਕੁੱਕੜ ਜਾਵਾ, ਤੁਹਾਨੂੰ ਸ਼ੌਂਕ ਕਰਾਤਾ। ਬਾਕੀ ਇਸਦੇ ਨਾਲ ਹੀ ਵੀਡੀਓ ਸਮਾਪਤ ਕਰਦੇ, ਵੀਡੀਓ ਬਾਹਲੀ ਲੰਮੀ ਨਹੀਂ ਕਰਦੇ, ਅਤੇ ਬਾਕੀ ਬਾਪੂ ਜੀ ਨੇ ਤੁਹਾਡੀ ਮੁਲਾਕਾਤ ਕਰਾਤੀ ਆ, ਕਿਤੇ ਫਿਰ ਲੱਗਿਆ ਸਮਾਂ ਅਤੇ ਤੁਹਾਡੀ ਮੁਲਾਕਾਤ ਫਿਰ ਕਿਤੇ ਕਰਾਵਾਂਗੇ। ਅਤੇ ਬਾਕੀ ਬਾਪੂ ਜੀ ਦਾ ਸ਼ੌਂਕ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਦੱਸਿਓ, ਅਤੇ ਜਿਹੜੇ ਭਰਾ ਅੱਜ ਪਹਿਲੀ ਵਾਰ ਆਪਣੇ ਚੈਨਲ ਨਾਲ ਜੁੜੇ ਆ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਬਾਪੂ ਜੀ ਨਾਲ ਮੁਲਾਕਾਤ ਕਰਾਈ ਆ, ਅਤੇ ਕਮੈਂਟ ਕਰਕੇ ਦੱਸਿਓ, ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਕਿਹੜੇ ਕਿਹੜੇ ਭਰਾ ਹੁਣ ਤੱਕ ਬਾਪੂ ਜੀ ਨੂੰ ਮਿਲੇ ਹੋਏ ਆ।